ਦੋਸਤੋ ਪਿੰਡ ਬੱਦਲੀ ਆਏ ਆ ਜ਼ਿਲ੍ਹਾ ਪਟਿਆਲਾ ਪੈਂਦਾ ਬਹੁਤ ਹੀ ਜ਼ਰੂਰਤਮੰਦ ਫੈਮਿਲੀ ਹੈ ਦਿਵਾਲੀ ਵਾਲਾ ਟਾਈਮ ਚੱਲ ਰਿਹਾ ਘਰ ਰੋਟੀ ਤੱਕ ਨਹੀਂ ਹੈਗੀ ਖਾਣ ਨੂੰ ਐਂਡ ਬੰਦੇ ਦੇ 4 ਮਹੀਨੇ ਤੋਂ ਬੈੱਡ ਰਿਡਨ ਹੈ ਸਪਾਈਨਲ ਕੋਰਡ ਇੰਜਰੀ ਹੈ ਔਰ ਬਹੁਤ ਬੜੇ ਬੜੇ ਬੈੱਡ ਸੋਰ ਹੋ ਗਏ ਦੇਸ਼ ਵਿਦੇਸ਼ 'ਚੋਂ ਜੁੜੀਆਂ ਹੋਈਆਂ ਵੀਰਾਂ ਭੈਣਾਂ ਨੂੰ ਜੀ ਆਇਆਂ ਆਖਦਾ ਅਤੇ ਦਸਮ ਪਿਤਾ ਦੀ ਬਖਸ਼ੀ ਹੋਈ ਸਾਨ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿੰਡ ਬੱਦਲੀ ਪਹੁੰਚੇ ਹਾਂ ਜਿਹੜਾ ਪਟਿਆਲਾ ਪੈਂਦਾ ਨਾ ਇਹ ਬਹੁਤ ਹੀ ਰੂਰਲ ਏਰੀਆ ਦੇ ਵਿੱਚ ਕਾਫੀ ਅੰਦਰੂਨ ਅੰਦਰ ਜਾ ਕੇ ਪਿੰਡ ਆ ਇਹ ਰਮੇਸ਼ ਗੁਰਮੇਲ ਸਿੰਘ ਦੇ ਘਰ ਪਹੁੰਚੇ ਹਾਂ ਨਾ ਅਤੇ ਗੁਰਮੇਲ ਸਿੰਘ 4 ਮਹੀਨੇ ਤੋਂ ਬੈੱਡ ਰਿਡਨ ਹੈ ਜੀ ਸਪਾਈਨਲ ਕੋਰਡ ਇੰਜਰੀ ਆ ਅਤੇ ਦੇਖੋ ਦੋਸਤੋ ਆਪਾਂ ਦਿਵਾਲੀ ਸੈਲੀਬ੍ਰੇਟ ਕਰ ਰਹੇ ਹਾਂ ਸਭ ਕੁਛ ਕਰ ਰਹੇ ਹਾਂ ਬਹੁਤ ਬਹੁਤ ਬੜੇ ਬੜੇ ਖਰਚੇ ਕਰਾਂਗੇ ਬਟ ਕਿਸੇ ਦੇ ਘਰੇ ਰੋਟੀ ਵੀ ਨਹੀਂ ਹੁੰਦੀ ਖਾਣ ਨੂੰ ਨਾ ਇਹ ਤੁਹਾਡਾ ਸਹਾਰਾ ਹੈ ਤੁਹਾਡੇ ਜਸਵੰਦ ਹੈ ਜਿਹਨਾਂ ਦੇ ਸਹਾਰੇ ਅਸੀਂ ਇਹਨਾਂ ਪਿੰਡਾਂ 'ਚ ਪਹੁੰਚਦੇ ਹਾਂ ਅਤੇ ਇਹਦੇ ਬਹੁਤ ਬੜਾ ਬੈੱਡ ਸੋਰ ਹੋ ਗਿਆ ਜਿਹੜਾ ਭੈਣ ਜੀ ਖੋਲ੍ਹੇ ਮਾਰੇ ਦੇਖ ਸਕਦੇ ਹੋ ਬਹੁਤ ਬੜਾ ਬੈੱਡ ਸੋਰ ਹੋ ਗਿਆ ਬਸ ਭੈਣ ਦੱਸ ਇੱਥੇ ਵੀ ਹੈ ਅਤੇ ਇਹਨਾਂ ਨੂੰ ਪ੍ਰੋਪਰ ਗਾਈਡ ਕਰਕੇ ਜਾ ਰਹੇ ਹਾਂ ਕਿ ਬੈੱਡ ਸੋਰ ਦੀ ਕੇਅਰਿੰਗ ਕਿਵੇਂ ਕਰਨੀ ਹੈ ਕੁਛ ਮੈਡੀਸਿਨ ਲਿਖ ਕੇ ਜਾ ਰਹੇ ਹਾਂ ਲੈ ਆਉਣਗੇ ਘਰੇ ਬਹੁਤ ਤੰਗੀ ਤੁਸੀਂ ਦੇਖ ਸਕਦੇ ਹੋ ਉੱਪਰ ਕੋਠਾ ਵੀ ਬਿਲਕੁਲ ਕੱਚਾ ਹੈ ਚੌਂਦਾ ਹੋਏਗਾ ਬਰਸਾਤਾਂ ਬਹੁਤ ਪਈਆਂ ਨੇ ਚੌਂਦਾ ਭੈਣ ਜੀ ਦੋਸਤੋ ਤੁਹਾਡੇ ਸਾਥ ਨਾਲ ਰਾਸ਼ਨ ਦੀ ਸੇਵਾ ਸ਼ੁਰੂ ਕਰ ਰਹੇ ਹਾਂ ਸਭ ਤੋਂ ਪਹਿਲਾਂ ਇਹਨਾਂ ਦੀ ਅਤੇ ਉਸਦੇ ਨਾਲ ਇਹ ਭੈਣ ਜੀ ਨੂੰ ਚੈੱਕ ਦੇ ਕੇ ਜਾ ਰਹੇ ਹਾਂ 5000 ਦਾ ਤਾਂ ਕਿ ਮੈਡੀਸਿਨ ਵਗੈਰਾ ਔਰ ਰੋਜ਼ਮਰਾ ਦੀ ਜ਼ਿੰਦਗੀ ਲਈ ਥੋੜ੍ਹੀ ਜਿਹੀ ਜੋ ਜ਼ਰੂਰਤ ਪੈਂਦੀ ਹੈ ਉਹ ਕਰ ਸਕਣ ਅਤੇ ਇਹਨਾਂ ਦੀ ਇੱਕ 11ਵੀਂ ਕਲਾਸ 'ਚ ਬੱਚੀ ਸੀ ਐਡਮਿਸ਼ਨ ਹੋਣੀ ਸੀਗੀ ਬਟ ਪਰਿਵਾਰ ਦੇ ਹਾਲਾਤ ਇੰਨੇ ਜ਼ਿਆਦਾ ਖਰਾਬ ਹੋ ਗਏ ਉਹ ਆਪਣੀ ਪੜ੍ਹਾਈ ਵੀ ਕੰਟੀਨਿਊ ਨਹੀਂ ਕਰ ਸਕੀ ਇਸ ਟਾਈਮ ਜੀਰੀ ਵੱਢਣ ਗਈ ਹੋਈ ਜ਼ਮੀਨਦਾਰਾਂ ਦੇ ਜੀਰੀ ਵੱਢਣ ਗਈ ਹੈ ਕੋਈ ਗੱਲ ਨਹੀਂ ਭੈਣ ਜੀ ਤੁਹਾਨੂੰ ਥੋੜ੍ਹੇ ਪੈਸੇ ਦੇ ਕੇ ਜਾ ਰਹੇ ਤੁਸੀਂ ਸ਼ੁਰੂਆਤ ਕਰਿਓ ਤੁਹਾਨੂੰ ਸਾਥ ਚੱਲਦਾ ਰਹੇਗਾ ਭੈਣ ਜੀ ਭੈਣ ਜੀ ਨੂੰ ਦੱਸਿਆ ਕਿ ਬੈੱਡ ਸੋਰ ਦੀ ਕੇਅਰ ਕਿਵੇਂ ਕਰਨੀ ਆ ਅਤੇ ਮਹੀਨੇ ਤੱਕ ਇਹ ਸਟੇਬਲ ਹੋ ਜਾਏਗਾ ਬੈੱਡ ਸੋਰ ਕਾਫੀ ਅਤੇ ਭੈਣ ਜੀ ਤੁਸੀਂ PGI ਆਉਣਾ ਅਤੇ ਪੇਸ਼ੈਂਟ ਸੇਵਾ ਵੀ ਤੁਹਾਨੂੰ ਪਤਾ PGI ਚੰਡੀਗੜ੍ਹ ਚੱਲਦੀ ਹੈ ਅਤੇ ਇਹਨਾਂ ਦੇ ਇਲਾਜ ਦੇ ਵਿੱਚ ਜੋ ਵੀ ਸੰਭਵ ਮਦਦ ਕਰ ਸਕਦੇ ਹਾਂ ਜ਼ਰੂਰ ਕਰਾਂਗੇ ਚਾਹੇ ਉਹ ਆਪਰੇਸ਼ਨ ਦਾ ਸਮਾਨ ਹੋਵੇ ਚਾਹੇ ਉਹ ਮੈਡੀਸਿਨ ਦਾ ਖਰਚਾ ਹੋਵੇ ਭੈਣ ਜੀ PGI ਦੇ ਵਿੱਚ ਇੱਕੋ ਗੁਰਦੁਆਰਾ ਸਿਰਫ ਇੱਕੋ ਗੁਰਦੁਆਰਾ ਅਸੀਂ ਗੁਰਦੁਆਰਾ ਸਾਹਿਬ ਹੀ ਹੁੰਦੇ ਹਾਂ ਉੱਥੇ ਜ਼ਰੂਰ ਆਇਓ ਠੀਕ ਹੈ ਤੁਹਾਡੇ ਕੋਲ ਮੈਂ ਨੰਬਰ ਦੇ ਕੇ ਜਾ ਰਿਹਾ ਆਪਣਾ ਅਤੇ ਦੋਸਤੋ ਤੁਹਾਡੇ ਸਹਿਯੋਗ ਨਾਲ ਸਾਰੀ ਸੇਵਾਵਾਂ ਚੱਲਦੀਆਂ ਨੇ ਤੁਸੀਂ ਟੀਮ ਨੂੰ ਜੁਆਇਨ ਕਰ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੀ ਕਿਸੇ ਪੇਸ਼ੈਂਟ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਕਿਸੇ ਨੀਡੀ ਪਰਿਵਾਰ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਲਾਈਕ ਮਾਈਂਡਡ ਪੀਪਲ ਤੱਕ ਪਹੁੰਚਾ ਕੇ ਵੀ ਆਨਲਾਈਨ ਸੇਵਾ ਕਰ ਸਕਦੇ ਹੋ ਦੋਸਤੋ ਆਪਾਂ ਪੰਜਾਬ ਗਵਰਨਮੈਂਟ ਦੇ ਆਟਾ ਦਾਲ ਸਕੀਮ ਦੀ ਹਮੇਸ਼ਾ ਗੱਲ ਕਰਦੇ ਰਹਿੰਦੇ ਹਾਂ ਕਿਉਂਕਿ ਆਪਾਂ ਡਿਫਰੈਂਟ ਡਿਫਰੈਂਟ ਜ਼ਿਲ੍ਹਿਆਂ 'ਚ ਫਿਰਦੇ ਹਾਂ ਡਿਫਰੈਂਟ ਡਿਫਰੈਂਟ ਪਿੰਡਾਂ ਦੇ ਵਿੱਚ ਫਿਰਦੇ ਹਾਂ ਔਰ ਯਕੀਨ ਮਾਨੋ ਇਹ ਪੰਜਾਬ ਗਵਰਨਮੈਂਟ ਦੀ ਇਹ ਸਕੀਮ ਦੀ ਧੱਜੀਆਂ ਆਉਣੀਆਂ ਤਾਂ ਅਸੀਂ ਹਮੇਸ਼ਾ ਦੇਖਦੇ ਹਾਂ ਨਾ ਇਹ ਭੈਣ ਜੀ ਵੀ ਦੱਸ ਰਿਹਾ ਆਟਾ ਮਿਲਦਾ ਦਾਲਾਂ ਕਣਕ ਮਿਲਦੀ ਹੈ ਦਾਲਾਂ ਤਾਂ ਕਈ ਸਾਲ ਤੋਂ ਨਹੀਂ ਮਿਲੀਆਂ ਕਈ ਸਾਲ ਤੋਂ ਨਾ ਜੋ ਆਪਾਂ ਕਹਿੰਦੇ ਕਿ ਦਾਲ ਵੀ ਮਿਲ ਰਹੀ ਹੈ ਦਾਲਾਂ ਨਹੀਂ ਮਿਲਦੀਆਂ ਸਿਰਫ ਆਟਾ ਹੀ ਮਿਲ ਰਿਹਾ ਨਾ ਤੁਹਾਡੇ ਸਹਿਯੋਗ ਦੀ ਹਮੇਸ਼ਾ ਹਮੇਸ਼ਾ ਆਸ ਰਹਿੰਦੀ ਹੈ ਸਾਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ